ਹਾਂਜੀ ਸਤਿ ਸ਼੍ਰੀ ਅਕਾਲ ਜੀ ਪਿਆਰੇ ਵਿਦਿਆਰਥੀਓ। ਤਾਂ ਬੇਟੇ ਆਪਾਂ ਕੋਲੀਗੇਟਿਵ ਪ੍ਰੋਪਰਟੀਜ਼ ਕਰ ਰਹੇ ਹਾਂ, ਤਾਂ ਹੁਣ ਤੱਕ ਆਪਾਂ ਦੋ ਕੋਲੀਗੇਟਿਵ ਪ੍ਰੋਪਰਟੀਜ਼ ਕਰ ਲਈਆਂ। ਪਹਿਲਾਂ ਰੇਟ ਲੋਅਰਿੰਗ ਐਂਡ ਵੇਪਰ ਪ੍ਰੈਸ਼ਰ, ਅਤੇ ਦੂਸਰੀ ਸੀਗੀ ਆਪਣੇ ਕੋਲ ਐਲੀਵੇਸ਼ਨ ਐਂਡ ਬੋਇਲਿੰਗ ਪੁਆਇੰਟ। ਔਰ ਅੱਜ ਆਪਾਂ ਤੀਸਰੀ ਕੋਲੀਗੇਟਿਵ ਪ੍ਰੋਪਰਟੀ ਕਰ ਰਹੇ ਹਾਂ, ਜਿਹਦਾ ਨਾਮ ਹੈ ਡਿਪਰੈਸ਼ਨ ਇਨ ਫ੍ਰੀਜ਼ਿੰਗ ਪੁਆਇੰਟ। ਦੇਖੋ, ਜਿਹੜੀ ਐਲੀਵੇਸ਼ਨ ਐਂਡ ਬੋਇਲਿੰਗ ਪੁਆਇੰਟ ਸੀ, ਉਹਦੇ ਵਿੱਚ ਕਿਸੇ ਵੀ ਸੋਲਵੈਂਟ ਦੇ ਵਿੱਚ ਜੇ ਤੁਸੀਂ ਨੋਨ ਵੋਲੇਟਾਈਲ ਸਲਿਊਟ ਪਾਉਂਦੇ ਸੀਗੇ, ਤਾਂ ਉਹਦਾ ਜਿਹੜਾ ਬੋਇਲਿੰਗ ਪੁਆਇੰਟ ਹੈ ਉਹ ਇਨਕਰੀਜ਼ ਹੋ ਜਾਂਦਾ ਸੀ। ਡਿਪਰੈਸ਼ਨ ਇਨ ਫ੍ਰੀਜ਼ਿੰਗ ਪੁਆਇੰਟ ਦਾ ਮਤਲਬ ਹੈ ਬੇਟੇ, ਜਦੋਂ ਵੀ ਅਸੀਂ ਕਿਸੇ ਸੋਲਵੈਂਟ ਦੇ ਵਿੱਚ ਨੋਨ ਵੋਲੇਟਾਈਲ ਸਲਿਊਟ ਪਾਵਾਂਗੇ, ਤਾਂ ਉਹਦਾ ਜਿਹੜਾ ਫ੍ਰੀਜ਼ਿੰਗ ਪੁਆਇੰਟ ਹੈ, ਨੋਨ ਵੋਲੇਟਾਈਲ ਸਲਿਊਟ ਪਾ ਕੇ ਉਹਦਾ ਜਿਹੜਾ ਫ੍ਰੀਜ਼ਿੰਗ ਪੁਆਇੰਟ ਹੈ ਉਹਨੂੰ ਘਟਾ ਸਕਦੇ ਹਾਂ, ਉਹਦਾ ਫ੍ਰੀਜ਼ਿੰਗ ਪੁਆਇੰਟ ਘਟ ਜਾਂਦਾ ਹੈ। ਠੀਕ ਹੈ, ਤਾਂ ਜਿਸ ਤਰ੍ਹਾਂ ਬੇਟੇ ਆਪਾਂ ਬੋਇਲਿੰਗ ਪੁਆਇੰਟ ਦੀ ਗੱਲ ਕੀਤੀ ਸੀ, ਉਸ ਤਰ੍ਹਾਂ ਹੀ ਨਾ ਆਪਾਂ ਅੱਜ ਫ੍ਰੀਜ਼ਿੰਗ ਪੁਆਇੰਟ ਦੀ ਗੱਲ ਕਰਨੀ ਹੈ। ਇਹ ਫ੍ਰੀਜ਼ਿੰਗ ਪੁਆਇੰਟ ਵਾਲਾ ਜਿਹੜਾ ਚੱਕਰ ਹੈ, ਕੋਈ ਉਹਦੇ ਨਾਲੋਂ ਬਾਹਲਾ ਡਿਫਰੈਂਟ ਨਹੀਂ ਹੈ, ਲਗਭਗ ਉਹਦੇ ਵਾਂਗੂ ਹੀ ਹੈ। ਅਤੇ ਆਪਾਂ ਪਹਿਲਾਂ ਤਾਂ ਇਹ ਗੱਲ ਸਮਝਦੇ ਹਾਂ ਵੀ ਫ੍ਰੀਜ਼ਿੰਗ ਪੁਆਇੰਟ ਹੁੰਦਾ ਕੀ ਹੈ। ਤਾਂ ਫ੍ਰੀਜ਼ਿੰਗ ਪੁਆਇੰਟ ਬੇਟੇ, ਤੁਹਾਨੂੰ ਬੋਇਲਿੰਗ ਪੁਆਇੰਟ ਮੈਂ ਦੱਸਿਆ ਸੀਗਾ, ਬੋਇਲਿੰਗ ਪੁਆਇੰਟ ਉਹ ਹੁੰਦਾ ਹੈ ਜਦੋਂ ਕਿਸੇ ਵੀ ਲਿਕੁਇਡ ਦਾ ਜਿਹੜਾ ਵੇਪਰ ਪ੍ਰੈਸ਼ਰ ਹੈ, ਠੀਕ ਹੈ, ਉਹ 1 ਐਟਮੋਸਫੈਰਿਕ ਪ੍ਰੈਸ਼ਰ ਦੇ ਬਰਾਬਰ ਹੋ ਜਾਂਦਾ, ਤਾਂ ਉਹਨੂੰ ਆਪਾਂ ਉਸ ਟੈਂਪਰੇਚਰ ਦੇ ਉੱਤੇ, ਜਿਹੜੇ ਟੈਂਪਰੇਚਰ 'ਤੇ ਵੀ ਇਹ ਕੰਮ ਹੁੰਦਾ, ਉਹਨੂੰ ਆਪਾਂ ਬੋਇਲਿੰਗ ਪੁਆਇੰਟ ਦਾ ਨਾਮ ਦਿੰਦੇ ਹਾਂ। ਔਰ ਫ੍ਰੀਜ਼ਿੰਗ ਪੁਆਇੰਟ ਦਾ ਨਾਮ ਕਿਸ ਨੂੰ ਦਿੱਤਾ ਜਾਂਦਾ ਬੇਟੇ? ਫ੍ਰੀਜ਼ਿੰਗ ਪੁਆਇੰਟ ਉਹ ਹੁੰਦਾ ਹੈ ਜਦੋਂ ਕਿਸੇ ਵੀ ਲਿਕੁਇਡ ਦਾ ਵੇਪਰ ਪ੍ਰੈਸ਼ਰ ਆਫ ਲਿਕੁਇਡ, ਮਤਲਬ ਕੋਈ ਸੇਮ ਸੋਲਿਊਸ਼ਨ ਆਪਾਂ ਲੈ ਲਈਏ ਜਾਂ ਸੇਮ ਸੋਲਵੈਂਟ ਲੈ ਲਈਏ, ਉਹਦਾ ਵੇਪਰ ਪ੍ਰੈਸ਼ਰ ਆਫ ਲਿਕੁਇਡ ਸਟੇਟ ਇਸ ਇਕੁਅਲ ਟੂ ਹੋਵੇ ਵੇਪਰ ਪ੍ਰੈਸ਼ਰ ਆਫ ਸੋਲਿਡ ਸਟੇਟ। ਠੀਕ ਹੈ ਜੀ, ਜਿਵੇਂ ਹੁਣ ਤੁਹਾਨੂੰ ਪਤਾ ਵਾ ਬਰਫ਼ ਹੈ, ਬਰਫ਼ ਦੀ ਸੋਲਿਡ ਸਟੇਟ ਵੀ ਲੈ ਲਓ ਅਤੇ ਪਾਣੀ ਦਾ ਜਿਹੜਾ ਲਿਕੁਇਡ ਫਾਰਮ ਵੀ ਲੈ ਲਓ, ਉਹ ਪੁਆਇੰਟ, ਜਿਹੜੇ ਪੁਆਇੰਟ ਦੇ ਉੱਤੇ ਆਹ ਜਿਹੜਾ ਆਪਣੇ ਕੋਲ ਲਿਕੁਇਡ ਹੈ ਇਹਦਾ ਵੇਪਰ ਪ੍ਰੈਸ਼ਰ ਹੈ ਉਹ ਇਸ ਸੋਲਿਡ ਦੇ ਵੇਪਰ ਪ੍ਰੈਸ਼ਰ ਦੇ ਬਰਾਬਰ ਹੋਵੇ, ਉਸ ਟੈਂਪਰੇਚਰ ਨੂੰ ਆਪਾਂ ਕਹਿ ਦਾਂਗੇ ਇਹਦਾ ਫ੍ਰੀਜ਼ਿੰਗ ਪੁਆਇੰਟ ਹੈ ਬਸ। ਠੀਕ ਹੈ, ਉਹ ਵਾਲਾ ਪੁਆਇੰਟ ਬੇਟੇ ਜਿੱਥੇ ਉਹਦੀ ਲਿਕੁਇਡ ਸਟੇਟ ਹੈ ਜਿਹੜੀ, ਉਹਦਾ ਵੇਪਰ ਪ੍ਰੈਸ਼ਰ ਉਹਦੇ ਸੋਲਿਡ ਸਟੇਟ ਦੇ ਵੇਪਰ ਪ੍ਰੈਸ਼ਰ ਦੇ ਬਰਾਬਰ ਹੋ ਜਾਵੇ, ਤਾਂ ਉਹਨੂੰ ਆਪਾਂ ਕੀ ਕਹਿ ਦਿੰਦੇ ਹਾਂ ਬੇਟੇ, ਉਹਨੂੰ ਆਪਾਂ ਫ੍ਰੀਜ਼ਿੰਗ ਪੁਆਇੰਟ ਆਖ ਦਿੰਦੇ ਹਾਂ। ਠੀਕ ਹੈ, ਦਾ ਟੈਂਪਰੇਚਰ ਐਟ ਵਿੱਚ ਦਾ ਵੇਪਰ ਪ੍ਰੈਸ਼ਰ ਆਫ ਲਿਕੁਇਡ ਸਟੇਟ ਇਜ਼ ਬਿਕਮ ਈਕੁਅਲ ਟੂ ਦੇ ਜਾਂ ਔਰ ਇਨ ਇਕੁਲੀਬ੍ਰੀਅਮ ਵਿਦ ਦੀ ਵੇਪਰ ਪ੍ਰੈਸ਼ਰ ਆਫ ਸੋਲਿਡ ਸਟੇਟ ਇਜ਼ ਕਾਲਡ ਫ੍ਰੀਜ਼ਿੰਗ ਪੁਆਇੰਟ। ਠੀਕ ਹੈ, ਹੁਣ ਆਪਾਂ ਬੇਟੇ ਉਹਦੇ ਵਾਂਗੂ ਗ੍ਰਾਫ ਬਣਾਉਣੇ ਆ, ਜਿਸ ਤਰ੍ਹਾਂ ਆਪਾਂ ਉੱਧਰ ਗ੍ਰਾਫ ਬਣਾਇਆ ਸੀਗਾ, ਗ੍ਰਾਫ ਤੋਂ ਤੁਹਾਨੂੰ ਜ਼ਿਆਦਾ ਸਮਝ ਲੱਗ ਜੂਗੀ। ਤਾਂ ਦੇਖੋ, ਇੱਧਰਲੇ ਪਾਸੇ ਨੂੰ ਟੈਂਪਰੇਚਰ ਜਾਂਦਾ ਪਿਆ, ਠੀਕ ਹੈ ਜੀ, ਔਰ ਇੱਧਰਲੇ ਪਾਸੇ ਨੂੰ ਆਪਣੇ ਕੋਲ ਵੇਪਰ ਪ੍ਰੈਸ਼ਰ। ਹੁਣ ਦੇਖੋ, ਸੋਲਿਡ ਦਾ ਵੇਪਰ ਪ੍ਰੈਸ਼ਰ ਬਹੁਤ ਘੱਟ ਹੋਊਗਾ, ਠੀਕ ਹੈ, ਨਾਮ ਮਾਤਰ ਹੀ ਹੁੰਦਾ ਤੁਹਾਨੂੰ ਪਤਾ ਸਾਰਿਆਂ ਨੂੰ, ਅਤੇ ਲਿਕੁਇਡ ਦਾ ਵੇਪਰ ਪ੍ਰੈਸ਼ਰ ਜਿਹੜਾ ਹੈਗਾ ਉਹ ਕਾਫੀ ਜ਼ਿਆਦਾ ਹੁੰਦਾ ਹੈਗਾ। ਠੀਕ ਹੈ, ਤਾਂ ਪਹਿਲਾਂ ਆਪਾਂ ਬੇਟੇ ਇੱਦਾਂ ਕਰਕੇ ਇੱਕ ਲਾਈਨ ਲੈਂਦੇ ਹਾਂ, ਉਸੇ ਤਰ੍ਹਾਂ ਹੀ ਆਹ ਲਾਈਨ ਆਪਣੇ ਕੋਲ, ਇਹ ਸੋਲਵੈਂਟ ਦੀ ਲਾਈਨ ਹੈ। ਠੀਕ ਹੈ, ਇਹ ਕਿਹੜੀ ਲਾਈਨ ਆ ਬੇਟੇ? ਇਹ ਸੋਲਵੈਂਟ ਦੀ ਲਾਈਨ ਹੈ ਜਿਹਨੂੰ ਆਪਾਂ ਮੰਨ ਲੈਂਦੇ ਹਾਂ ਬਈ ਇਹ ਲਾਈਨ ਆਪਣਾ ਮੰਨ ਲਓ ਬੀ ਅਤੇ ਸੀ ਲਾਈਨ ਆ, ਬੀ ਸੀ ਲਾਈਨ। ਠੀਕ ਹੈ, ਮਤਲਬ ਕੀ ਹੈ ਵੀ ਇਸ ਟੈਂਪਰੇਚਰ ਦੇ ਉੱਤੇ ਇਹਦਾ ਵੇਪਰ ਪ੍ਰੈਸ਼ਰ ਇੰਨਾ ਹੀ ਸੀਗਾ, ਇੰਨਾ ਕੁ ਵੇਪਰ ਪ੍ਰੈਸ਼ਰ ਇਹਦਾ, ਇੰਨਾ ਵੇਪਰ ਪ੍ਰੈਸ਼ਰ ਇਸ ਟੈਂਪਰੇਚਰ ਦੇ ਉੱਤੇ। ਜਿਵੇਂ ਜਿਵੇਂ ਅਸੀਂ ਟੈਂਪਰੇਚਰ ਇਨਕਰੀਜ਼ ਕਰਦੇ ਸੀ ਉਹਦਾ ਵੇਪਰ ਪ੍ਰੈਸ਼ਰ ਵੱਧਦਾ ਪਿਆ ਸੀਗਾ, ਇਹ ਲਾਈਨ ਇਹੀ ਦਰਸਾਉਂਦੀ ਹੈ ਨਾ ਸਾਨੂੰ। ਠੀਕ ਹੈ, ਜਿਵੇਂ ਜਿਵੇਂ ਅਸੀਂ ਇਹਨੂੰ ਵਧਾਉਂਦੇ ਪਏ ਸੀ, ਜਾਂ ਇਹ ਲਾ ਲਓ ਵੀ ਇੱਥੇ ਇਸ ਟੈਂਪਰੇਚਰ ਦੇ ਉੱਤੇ ਇਹਦਾ ਵੇਪਰ ਪ੍ਰੈਸ਼ਰ ਇੰਨਾ ਸੀਗਾ, ਠੀਕ ਹੈ, ਅਤੇ ਜਿਵੇਂ ਜਿਵੇਂ ਅਸੀਂ ਟੈਂਪਰੇਚਰ ਘਟਾ ਰਹੇ ਸੀ ਤਾਂ ਉਹਦਾ ਵੇਪਰ ਪ੍ਰੈਸ਼ਰ ਵੀ ਡਿਕਰੀਜ਼ ਹੋ ਰਿਹਾ ਸੀ। ਦੋਨੇ ਤਰ੍ਹਾਂ ਦੇ ਨਾਲ ਤੁਸੀਂ ਇਹਨੂੰ ਸਮਝ ਸਕਦੇ ਹਾਂ, ਜਿਵੇਂ ਮਰਜ਼ੀ ਕਰ ਲਓ। ਅੱਛਾ, ਇੱਕ ਹੁਣ ਅਸੀਂ ਹੋਰ ਲਾਈਨ ਬਣਾਉਣੀ ਹੈ ਬੇਟੇ, ਉਹ ਲਾਈਨ ਜਿਹੜੀ ਬਣਾਉਣੀ ਹੈ ਅਸੀਂ, ਉਹ ਬਣਾਉਣੀ ਸੋਲਿਊਸ਼ਨ ਦੀ। ਤਾਂ ਤੁਹਾਨੂੰ ਪਤਾ ਸੋਲਿਊਸ਼ਨ ਦਾ ਸੋਲਵੈਂਟ ਦੇ ਨਾਲੋਂ ਵੇਪਰ ਪ੍ਰੈਸ਼ਰ ਕੀ ਹੁੰਦਾ ਬੇਟੇ? ਘੱਟ ਹੁੰਦਾ, ਉਸੇ ਟੈਂਪਰੇਚਰ ਦੇ ਉੱਤੇ, ਇਸੇ ਟੈਂਪਰੇਚਰ ਦੇ ਉੱਤੇ ਸੋਲਿਊਸ਼ਨ ਦਾ ਵੇਪਰ ਪ੍ਰੈਸ਼ਰ ਘੱਟ ਹੋਊਗਾ ਇੱਥੇ ਲਾ ਲਓ। ਠੀਕ ਹੈ, ਤਾਂ ਪਰ ਇਹਦਾ ਵੀ ਜਿਵੇਂ ਜਿਵੇਂ ਆਪਾਂ ਟੈਂਪਰੇਚਰ ਵਧਾਵਾਂਗੇ ਤਾਂ ਵੇਪਰ ਪ੍ਰੈਸ਼ਰ ਵਧੂਗਾ ਉਹਦੇ ਵਾਂਗੂ ਹੀ, ਜਿਵੇਂ ਆਪਾਂ ਉਹਦੇ 'ਚ ਪੜਿਆ ਸੀਗਾ ਨਾ। ਠੀਕ ਹੈ, ਗਾਂਹ ਜਾ ਕੇ ਬੋਇਲਿੰਗ ਪੁਆਇੰਟ ਬਣਦਾ ਹੁੰਦਾ, ਉਹਦੀ ਆਪਾਂ ਲੋੜ ਨਹੀਂ ਪੈਣੀ। ਤਾਂ ਜੇਕਰ ਆਪਾਂ ਇਹਨੂੰ ਹੋਰ ਜੇਕਰ ਇੱਧਰ ਨੂੰ ਆਪਾਂ ਵੇਖੀਏ ਵੀ ਬੀ ਪੁਆਇੰਟ ਤੋਂ ਲੈ ਕੇ ਏ ਤੱਕ ਆਪਾਂ ਇੱਧਰ ਆਉਣਾ ਵਾ, ਤਾਂ ਐ ਨੂੰ ਲੈ ਕੇ ਜਾਵਾਂਗੇ ਤਾਂ ਫਿਰ ਹੋਰ ਘੱਟਦਾ ਜਾਊਗਾ। ਵੇਖੋ, ਐਂ ਇਸ ਟੈਂਪਰੇਚਰ ਦੇ ਉੱਤੇ ਵੇਪਰ ਪ੍ਰੈਸ਼ਰ ਇੰਨਾ ਸੀਗਾ ਜੀ, ਅਤੇ ਜਦੋਂ ਜਿਵੇਂ ਅਸੀਂ ਡਿਕਰੀਜ਼ ਕਰੀ ਜਾਂਦੇ ਟੈਂਪਰੇਚਰ ਨੂੰ, ਤਿਵੇਂ ਤਿਵੇਂ ਵੇਪਰ ਪ੍ਰੈਸ਼ਰ ਵੀ ਡਿਕਰੀਜ਼ ਹੁੰਦਾ ਜਾਂਦਾ। ਠੀਕ ਹੈ, ਇੱਧਰ ਨੂੰ ਆਪਾਂ ਮਿਲਾ ਲੈਂਦੇ ਹਾਂ। ਔਰ ਇੱਕ ਹੁਣ ਤੁਸੀਂ ਲਾਈਨ ਹੋਰ ਬਣਾਉਣੀ ਹੈ ਇਹਦੇ 'ਚ, ਆਹ ਲਾਈਨ ਹੈਗੀ ਸੋਲਿਊਸ਼ਨ ਦੀ, ਇਹ ਲਾਈਨ ਕਾਹਦੀ ਹੈ ਬੇਟੇ? ਸੋਲਿਊਸ਼ਨ ਦੀ ਹੈ, ਜਦੋਂ ਅਸੀਂ ਨੋਨ ਵੋਲੇਟਾਈਲ ਸੋਲਿਊਟ ਪਾਤਾ ਸੀ। ਇੱਕ ਆਪਾਂ ਬਣਾਉਣੀ ਹੈ ਬੇਟੇ, ਜਿਹੜਾ ਸੋਲਿਡ ਲਿਕੁਇਡ ਹੈ, ਸੋਲਿਡ ਸੋਲਵੈਂਟ, ਇਕੱਲੇ ਸੋਲਵੈਂਟ ਦੀ ਬਣਾ ਲਓ, ਸੋਲਿਊਸ਼ਨ ਦੀ ਲੋੜ ਨਹੀਂ ਪੈਣੀ ਉਹਦੀ ਤਾਂ। ਠੀਕ ਹੈ, ਫ੍ਰੀਜ਼ਿੰਗ ਸੋਲਵੈਂਟ ਦੀ ਲਾਈਨ,
ਫ੍ਰੀਜ਼ਿੰਗ ਸੋਲਵੈਂਟ ਦੀ ਲਾਈਨ ਇੱਥੋਂ ਐਂ ਬਣਦੀ ਹੁੰਦੀ ਹੈ, ਐਂ ਜੀ ਏ ਬੀ, ਏ ਬੀ ਲਾਈਨ ਇਹ ਬਣ ਗਈ, ਏ ਅਤੇ ਬੀ ਤਾਂ ਇੱਥੇ ਹੈਗੀ ਹੈ। ਮਤਲਬ ਜਿੱਥੇ ਇਸ ਟੈਂਪਰੇਚਰ ਦੇ ਉੱਤੇ ਜਦੋਂ ਮਤਲਬ ਟੈਂਪਰੇਚਰ ਬਹੁਤ ਘੱਟ ਹੈ, ਉਹ ਜਿਹੜਾ ਸੋਲਿਡ ਦਾ ਵੇਪਰ ਪ੍ਰੈਸ਼ਰ ਵੀ ਬਹੁਤ ਘੱਟ ਹੈ, ਇੰਨਾ ਕੀ ਵੇਪਰ ਪ੍ਰੈਸ਼ਰ ਹੈ। ਜਿਵੇਂ ਜਿਵੇਂ ਅਸੀਂ ਟੈਂਪਰੇਚਰ ਵਧਾ ਰਹੇ ਹਾਂ ਉਹਦਾ ਵੇਪਰ ਪ੍ਰੈਸ਼ਰ ਵੀ ਬੇਟੇ ਇਨਕਰੀਜ਼ ਹੁੰਦਾ ਪਿਆ, ਠੀਕ ਹੈ, ਔਰ ਇਸ ਪੋਜੀਸ਼ਨ 'ਤੇ ਜਾ ਕੇ ਉਹਦੇ ਨਾਲ ਮਿਲਦਾ ਪਿਆ। ਔਰ ਇਹਨੂੰ ਜੇਕਰ ਆਪਾਂ ਹੋਰ ਇੱਧਰ ਨੂੰ ਲੈ ਕੇ ਆਈਏ ਥੱਲੇ ਨੂੰ, ਵੀ ਟੈਂਪਰੇਚਰ ਇਹਦਾ ਹੋਰ ਘਟਾਈਏ ਤਾਂ ਇਹਦਾ ਵੇਪਰ ਪ੍ਰੈਸ਼ਰ ਹੋਰ ਘੱਟ ਜੂਗਾ। ਔਰ ਆਹ ਪੁਆਇੰਟ ਜਿਹੜਾ ਡੀ ਡੀ ਪੁਆਇੰਟ 'ਤੇ ਆ ਕੇ ਇਹਨੇ ਜਿਹੜਾ ਇੱਥੇ ਇਸ ਸੋਲਿਡ ਵਾਲੀ ਲਾਈਨ ਦੇ ਨਾਲ ਮੀਟ ਕਰ ਜਾਣਾ ਹੈ, ਠੀਕ ਹੈ। ਹੁਣ ਤੁਸੀਂ ਇੱਕ ਗੱਲ ਨੋਟ ਕਰੋ ਵੀ ਆਹ ਜਿਹੜੀ ਲਾਈਨ ਹੈ ਸੋਲਿਡ ਦੀ ਹੈ, ਆਹ ਸੋਲਵੈਂਟ ਦੀ ਹੈ ਅਤੇ ਆਹ ਸਲਿਊਸ਼ਨ ਦੀ ਹੈ। ਜਿੱਥੇ ਸੋਲਵੈਂਟ ਦੀ ਲਾਈਨ ਸੋਲਿਡ ਫ੍ਰੀਜ਼ਿੰਗ ਦੇ ਨਾਲ ਮਿਲਦੀ ਹੈ, ਸੋਲਿਡ ਦੇ ਨਾਲ ਮਿਲਦੀ ਹੈ, ਫ੍ਰੀਜ਼ਿੰਗ ਸੋਲਵੈਂਟ ਦੇ ਨਾਲ ਮਿਲਦੀ ਹੈ, ਉਹ ਕਿਹੜਾ ਪੁਆਇੰਟ ਹੈ ਬੇਟੇ? ਬੀ। ਮਤਲਬ ਬੀ ਪੁਆਇੰਟ ਦੇ ਉੱਤੇ ਜੇ ਤੁਸੀਂ ਸੋਲਵੈਂਟ ਵਾਲੀ ਵੇਖੋ ਤਾਂ ਉਹਦਾ ਵੇਪਰ ਪ੍ਰੈਸ਼ਰ ਇੰਨਾ ਹੈ, ਜੇ ਤੁਸੀਂ ਸੋਲਿਡ ਵਾਲੀ ਵੇਖੋ ਤਾਂ ਤੁਸੀਂ ਕਹਿ ਦੋਗੇ ਜੀ ਉਹਦਾ ਵੇਪਰ ਪ੍ਰੈਸ਼ਰ ਵੀ ਇੰਨਾ ਹੀ ਹੈ, ਸੇਮ ਟੈਂਪਰੇਚਰ ਹੈ, ਠੀਕ ਹੈ। ਐਟ ਟੈਂਪਰੇਚਰ ਟੀ ਐਫ ਨੋਟ ਮੰਨ ਲਓ ਇਹਨੂੰ, ਠੀਕ ਹੈ, ਐਟ ਟੈਂਪਰੇਚਰ ਟੀ ਐਫ ਨੋਟ, ਠੀਕ ਹੈ, ਵੀ ਸੀ ਐਫ ਪੁਆਇੰਟ ਬੀ, ਦੈਟ ਮੀਨਸ ਦਾ ਵੇਪਰ ਪ੍ਰੈਸ਼ਰ ਆਫ ਸੋਲਵੈਂਟ ਬਿਕਮਸ ਇਕੁਅਲ ਟੂ ਦਾ ਵੇਪਰ ਪ੍ਰੈਸ਼ਰ ਆਫ ਸੋਲਿਡ, ਦੋਨਾਂ ਦਾ ਵੇਪਰ ਪ੍ਰੈਸ਼ਰ ਇੱਕੋ ਜਿੱਕਾ ਵੈ ਐਟ ਟੈਂਪਰੇਚਰ ਟੀ ਐਫ ਨੋਟ, ਠੀਕ ਹੈ। ਅਤੇ ਦੂਸਰੀ ਗੱਲ ਆ ਜਾਂਦੀ ਹੈ ਬੇਟੇ ਸੋਲਿਊਸ਼ਨ ਦੀ। ਹੁਣ ਸੋਲਿਊਸ਼ਨ ਪੁਆਇੰਟ ਡੀ ਦੇ ਉੱਤੇ ਵੇਖੋ ਤੁਸੀਂ, ਇੱਥੇ ਡੀ ਦੇ ਉੱਤੇ ਸੋਲਿਡ ਲਾਈਨ ਨਾ ਮਿਲਿਆ, ਠੀਕ ਹੈ। ਇਸ ਪੁਆਇੰਟ ਦੇ ਉੱਤੇ ਸੋਲਿਊਸ਼ਨ ਦਾ ਵੇਪਰ ਪ੍ਰੈਸ਼ਰ ਜਿੰਨਾ ਹੈਗਾ ਉਨਾ ਹੀ ਵੇਪਰ ਪ੍ਰੈਸ਼ਰ ਹੈ ਇਸ ਸੋਲਿਡ ਦਾ, ਕਿਉਂਕਿ ਦੋਨੇ ਲਾਈਨਾਂ ਇੱਕ ਦੂਸਰੇ ਨੂੰ ਮੀਟ ਕਰ ਗਈਆਂ, ਠੀਕ ਹੈ। ਇੰਨਾ ਹੀ ਵੇਪਰ ਪ੍ਰੈਸ਼ਰ ਜਿਹੜਾ ਹੈਗਾ ਵਾ ਸੋਲਵੈਂਟ ਦਾ ਸੋਲਿਊਸ਼ਨ ਦਾ, ਔਰ ਇੰਨਾ ਹੀ ਸੋਲਵੈਂਟ ਜਿਹੜਾ ਫ੍ਰੀਜ਼ਿੰਗ ਕੇਸ ਦੇ ਵਿੱਚ ਉਹਦਾ ਵਾ, ਸੋਲਿਡ ਦਾ ਅਤੇ ਸੋਲਿਊਸ਼ਨ ਦਾ ਇੱਥੇ ਮਿਲਦਾ, ਅਤੇ ਇਹਦਾ ਮਤਲਬ ਇਹ ਸੋਲਿਊਸ਼ਨ ਦਾ ਫ੍ਰੀਜ਼ਿੰਗ ਪੁਆਇੰਟ ਹੋ ਗਿਆ ਟੀ ਐਫ ਡੈਸ਼। ਬਸ ਉਸੇ ਤਰ੍ਹਾਂ ਹੀ, ਬਸ ਜਿੱਥੇ ਬੀ ਲਿਖਦੇ ਸੀ ਉੱਥੇ ਆਪਾਂ ਹੁਣ ਟੀ ਐਫ ਡੈਸ਼ ਲਿਖ ਲਿਆ, ਔਰ ਇਹਨਾਂ ਦਾ ਜਿਹੜਾ ਡਿਫਰੈਂਸ ਹੋਊਗਾ ਬੇਟੇ ਆਹ, ਇਹਨੂੰ ਡਿਫਰੈਂਸ ਨੂੰ ਆਪਾਂ ਡੈਲਟਾ ਟੀ ਐਫ ਕਹਿ ਦਾਂਗੇ, ਉੱਧਰ ਡੈਲਟਾ ਟੀ ਬੀ ਐਫ ਕਹਿ ਸੀ ਇਹਨੂੰ ਆਪਾਂ ਡੈਲਟਾ ਟੀ ਐਫ ਕਹਿ ਦਾਂਗੇ। ਅਤੇ ਡੈਲਟਾ ਟੀ ਐਫ ਕੀ ਹੈ ਬੇਟੇ? ਇਹ ਦੋਨਾਂ ਦਾ ਡਿਫਰੈਂਸ ਹੈ, ਕਿਹਦਾ ਡਿਫਰੈਂਸ? ਫ੍ਰੀਜ਼ਿੰਗ ਪੁਆਇੰਟ ਆਫ ਸੋਲਵੈਂਟ ਐਂਡ ਫ੍ਰੀਜ਼ਿੰਗ ਪੁਆਇੰਟ ਆਫ ਸੋਲਿਊਸ਼ਨ। ਔਰ ਉਹਦੇ ਵਿੱਚ ਐਲੀਵੇਸ਼ਨ ਐਂਡ ਬੋਇਲਿੰਗ ਪੁਆਇੰਟ ਦੇ ਵਿੱਚ ਸੋਲਿਊਸ਼ਨ ਦਾ ਬੋਇਲਿੰਗ ਪੁਆਇੰਟ ਜ਼ਿਆਦਾ ਸੀ, ਇਹਦੇ 'ਚ ਸੋਲਿਊਸ਼ਨ ਦਾ ਫ੍ਰੀਜ਼ਿੰਗ ਪੁਆਇੰਟ ਬੇਟੇ ਘੱਟ ਹੈ, ਤੁਸੀਂ ਦੇਖੋ ਆਪਣੇ ਆਪ ਹੀ, ਠੀਕ ਹੈ। ਇਹਦਾ ਮਤਲਬ ਟੀ ਐਫ ਨੋਟ ਇਹਦੇ 'ਚ ਮੂਹਰੇ ਲਿਖਣਾ, ਇਹ ਇਹੀ ਬਸ ਇਹਦੇ 'ਚ ਡਿਫਰੈਂਸ ਆ, ਹੋਰ ਉਹਨਾਂ ਨਾਲੋਂ ਕੋਈ ਫਰਕ ਨਹੀਂ ਹੈਗਾ। ਇੱਥੇ ਟੀ ਐਫ ਡੈਸ਼ ਡੈਲਟਾ ਟੀ ਐਫ ਕੀ ਆ ਗਿਆ ਬੇਟੇ? ਟੀ ਐਫ ਨੋਟ ਮਾਈਨਸ ਟੀ ਐਫ ਡੈਸ਼, ਠੀਕ ਹੈ ਜੀ। ਇਹਨੂੰ ਆਪਾਂ ਕਹਿੰਦੇ ਹਾਂ ਡਿਪਰੈਸ਼ਨ ਇਨ ਫ੍ਰੀਜ਼ਿੰਗ ਪੁਆਇੰਟ। ਟੀ ਐਫ ਨੋਟ ਇਜ਼ ਕਾਲਡ ਫ੍ਰੀਜ਼ਿੰਗ ਪੁਆਇੰਟ ਆਫ ਪਿਓਰ ਸੋਲਵੈਂਟ ਐਂਡ ਟੀ ਐਫ ਡੈਸ਼ ਇਜ਼ ਕਾਲਡ ਫ੍ਰੀਜ਼ਿੰਗ ਪੁਆਇੰਟ ਆਫ ਸੋਲਿਊਸ਼ਨ। ਔਰ ਕਈ ਬੁੱਕਸ ਦੇ ਵਿੱਚ ਟੀ ਐਫ ਹੀ ਲਿਖਿਆ ਹੁੰਦਾ, ਕੱਲਾ ਡੈਸ਼ ਨਹੀਂ ਪਾਈ ਹੁੰਦੀ, ਕਿ ਉਹ ਤੁਹਾਡੀ ਮਰਜ਼ੀ ਹੈ ਜਿਵੇਂ ਵੀ ਤੁਸੀਂ ਕਰਨਾ, ਠੀਕ ਹੈ। ਅੱਛਾ, ਤਾਂ ਹੁਣ ਇਹ ਕਾਹਦੇ ਬਰਾਬਰ ਹੁੰਦਾ ਬੇਟੇ? ਇਹ ਵੀ ਆਪਾਂ ਐਕਸਪੈਰੀਮੈਂਟਲੀ ਦੇਖਿਆ ਹੋਇਆ ਕਿ ਡੈਲਟਾ ਟੀ ਐਫ ਹੈ ਜਿਹੜਾ ਉਹ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਮੋਲਲ ਕੰਸੈਂਟ੍ਰੇਸ਼ਨ, ਦੈਟ ਮੀਨਸ ਮੋਲੈਲਿਟੀ, ਮੋਲੈਲਿਟੀ ਦੇ ਬਰਾਬਰ ਹੁੰਦਾ ਇਹ, ਠੀਕ ਹੈ। ਮੋਲੈਲਿਟੀ ਦੇ ਡਾਇਰੈਕਟਲੀ ਪ੍ਰਪੋਰਸ਼ਨਲ ਹੁੰਦਾ ਹੈ। ਪ੍ਰਪੋਰਸ਼ਨਲਿਟੀ ਹਟਾਉਣ ਵਾਸਤੇ ਅਸੀਂ ਪ੍ਰਪੋਰਸ਼ਨਲਿਟੀ ਕੋਂਸਟੈਂਟ ਲਾਵਾਂਗੇ, ਦੈਟ ਮੀਨਸ ਕੇ ਐਫ ਐਮ ਲਾਤਾ। ਹੁਣ ਕੇ ਐਫ ਐਮ ਐਮ ਕੀ, ਕੇ ਐਫ ਕੀ ਹੈ ਬੇਟੇ? ਤਾਂ ਕੇ ਐਫ ਆਪਣੇ ਕੋਲ ਜਿਹੜਾ ਮੋਲਲ ਫ੍ਰੀਜ਼ਿੰਗ ਪੁਆਇੰਟ ਡਿਪਰੈਸ਼ਨ ਕੋਂਸਟੈਂਟ ਹੈ। ਇਹਨੂੰ ਕਿਵੇਂ ਡਿਫਾਈਨ ਕੀਤਾ ਜਾ ਸਕਦਾ? ਵੀ ਜੇਕਰ ਅਸੀਂ ਆਹ ਮੋਲੈਲਿਟੀ ਵੰਨ ਲੈ ਲਈਏ, ਠੀਕ ਹੈ, ਤਾਂ ਡੈਲਟਾ ਟੀ ਐਫ ਹੈ ਜਿਹੜਾ ਬੇਟੇ, ਡੈਲਟਾ ਟੀ ਐਫ ਜਿਹੜਾ ਉਹ ਕੇ ਐਫ ਦੇ ਬਰਾਬਰ ਆ ਜੂਗਾ, ਠੀਕ ਹੈ ਜੀ। ਤਾਂ ਆਪਾਂ ਇਹਨੂੰ ਡਿਫਾਈਨ ਕਰ ਸਕਦੇ ਹਾਂ ਟੀ ਡਿਫਾਈਨਡ ਐਸ ਦਾ ਡਿਪਰੈਸ਼ਨ ਇਨ ਫ੍ਰੀਜ਼ਿੰਗ ਪੁਆਇੰਟ ਫੋਰ ਵਨ ਮੋਲਲ ਸੋਲਿਊਸ਼ਨ। ਜਦੋਂ ਅਸੀਂ ਸੋਲਿਊਸ਼ਨ ਵਨ ਮੋਲਲ ਲੈ ਲਿਆ, ਜਿੰਨਾ ਡਿਪਰੈਸ਼ਨ ਇਨ ਫ੍ਰੀਜ਼ਿੰਗ ਪੁਆਇੰਟ ਆਊਗਾ ਉਨਾ ਕੇ ਐਫ ਦੀ ਵੈਲਿਊ ਹੋਊਗੀ। ਔਰ ਕੇ ਐਫ ਦੀ ਵੈਲਿਊ ਸੇਮ ਸੋਲਿਊਸ਼ਨ ਵਾਸਤੇ, ਸੇਮ ਸੋਲਵੈਂਟ ਵਾਸਤੇ ਸੇਮ ਹੋਊਗੀ, ਜਿਵੇਂ ਆਪਾਂ ਪਿੱਛੇ ਕੱਲ੍ਹ ਕੱਢਦੇ ਆਏ ਸੀ ਕੇ ਬੀ ਦੀ ਵੈਲਿਊ, ਉਵੇਂ ਕੇ ਐਫ ਦੀ ਵੈਲਿਊ ਵੀ ਜਿਹੜੀ ਬੇਟੇ ਇੱਕ ਪਾਰਟੀਕੁਲਰ ਸੋਲਵੈਂਟ ਵਾਸਤੇ ਸੇਮ ਹੀ ਰਹਿਣੀ ਹੁੰਦੀ ਹੈ, ਠੀਕ ਹੈ ਜੀ। ਹੁਣ ਇਹ ਕੋਲੀਗੇਟ ਪ੍ਰੋਪਰਟੀ ਕਿਵੇਂ ਹੈ? ਡਿਪਰੈਸ਼ਨ ਇਨ ਫ੍ਰੀਜ਼ਿੰਗ ਪੁਆਇੰਟ ਇਜ਼ ਅ ਕੋਲੀਗੇਟ ਪ੍ਰੋਪਰਟੀ। ਕਿੱਦਾਂ ਕੋਲੀਗੇਟ ਪ੍ਰੋਪਰਟੀ ਹੈ ਬੇਟੇ? ਕਿਉਂਕਿ ਮੋਲੈਲਿਟੀ 'ਤੇ ਡਿਪੈਂਡ ਕਰਦੀ, ਮੋਲੈਲਿਟੀ ਨੰਬਰ ਆਫ ਮੋਲਸ ਆਫ ਸੋਲਿਊਟ 'ਤੇ ਡਿਪੈਂਡ ਕਰਦੀ ਹੈ, ਇਸ ਕਰਕੇ ਕੋਲੀਗੇਟ ਪ੍ਰੋਪਰਟੀ ਹੈ, ਠੀਕ ਹੈ। ਦੂਸਰੀ ਗੱਲ ਆ ਗਈ ਇਹਦਾ ਮੋਲਰ ਮਾਸ ਫਾਇੰਡ ਆਊਟ ਕਰਨ ਦੀ, ਮੋਲਰ ਮਾਸ ਆਫ ਸਲਿਊਟ। ਸਲਿਊਟ ਦਾ ਮੋਲਰ ਮਾਸ ਤੁਸੀਂ ਕਿਵੇਂ ਫਾਇੰਡ ਆਊਟ ਕਰ ਸਕਦੇ ਹਾਂ? ਉਸੇ ਤਰ੍ਹਾਂ ਹੀ ਲੈ ਲਓ ਬੇਟੇ, ਜਿਹੜਾ ਅਸੀਂ ਦੇਖੋ ਦੋ ਚੀਜ਼ਾਂ ਲਈਆਂ, ਇੱਕ ਸਲਿਊ ਸੋਲਵੈਂਟ ਲਿਆ, ਠੀਕ ਹੈ, ਜਿਵੇਂ ਆਪਾਂ ਉੱਦਾਂ ਲੈਂਦੇ ਸੀ, ਇੱਕ ਸਲਿਊਟ ਲੈ ਲਿਆ ਬੀ, ਔਰ ਸਲਿਊਟ ਦਾ ਮੋਲਰ ਮਾਸ ਹੈ ਜਿਹੜਾ ਉਹ ਐਮ ਬੀ ਮੰਨ ਲਿਆ ਅਸੀਂ, ਇਹਦਾ ਜਿਹੜਾ ਗਿਵਨ ਵੇਟ ਹੈ ਡਬਲਯੂ ਬੀ ਮੰਨ ਲਿਆ, ਠੀਕ ਹੈ। ਔਰ ਜਦੋਂ ਅਸੀਂ ਗਿਵਨ ਵੇਟ
ਓਵਰ ਮੋਲਰ ਮਾਸ ਕਰਾਂਗੇ ਤਾਂ ਸਾਡੇ ਕੋਲ ਨੰਬਰ ਆਫ ਮੋਲਜ਼ ਆਫ ਸੋਲਿਊਟ ਆ ਜਾਣਗੇ ਐਨ ਬੀ। ਸੇਮ ਉਹੀ ਚੀਜ਼ਾਂ ਬਸ ਤੁਹਾਨੂੰ ਮੈਂ ਦੁਬਾਰਾ ਦੁਬਾਰਾ ਇੱਥੇ ਐਕਸਪਲੇਨ ਨਹੀਂ ਕਰੂੰਗਾ ਅਤੇ ਤੁਹਾਨੂੰ ਆਪਣੇ ਆਪ ਹੀ ਪਤਾ ਹੈਗਾ। ਉਸੇ ਤਰ੍ਹਾਂ ਆਪਾਂ ਇਹਦਾ WA ਆਜੂਗਾ, ਠੀਕ ਆ, ਗਿਵਨ ਵੇਟ। ਇਹਦੇ ਤਾਂ ਉਹਦੀ ਮੋਲਰ ਮਾਸ ਦੀ ਲੋੜ ਹੀ ਨਹੀਂ ਪੈਣੀ ਕਿਉਂਕਿ ਸਾਡੇ ਕੋਲ ਸੋਲਵੈਂਟ ਦਾ ਤਾਂ ਉਹੀ ਚਾਹੀਦਾ ਹੁੰਦਾ। ਹੁਣ ਮਲੈਰਿਟੀ ਕਿਹਦੇ ਬਰਾਬਰ ਹੁੰਦੀ ਹੈ ਬੇਟੇ? ਨੰਬਰ ਆਫ ਮੋਲਜ਼ ਆਫ ਸੋਲਿਊਟ ਓਵਰ ਵੇਟ ਆਫ ਸੋਲਵੈਂਟ ਇਨ ਗ੍ਰਾਮ ਹੈ ਤਾਂ ਮਲਟੀਪਲਾਈ 1000 ਕਰ ਦਿਆਂਗੇ। ਐਨ ਬੀ ਕਾਹਦੇ ਬਰਾਬਰ ਆ ਗਈ? WB ਓਵਰ ਐਮ ਬੀ, ਠੀਕ ਆ। ਐਮ ਬੀ ਮੈਂ ਸਿੱਧਾ ਸੋਲਵ ਹੀ ਕਰ ਦਿੰਦਾ, ਬਸ ਇਹਨੂੰ ਵਾਰੀ ਵਾਰੀ ਆਪਾਂ ਨਾ ਬੇਸਿਕ ਚੀਜ਼ਾਂ ਹੀ ਨਹੀਂ ਕਰੀ ਜਾਣੀਆਂ ਹੁੰਦੀਆਂ। ਔਰ ਇਹ ਜਿਹੜੀ ਮਲੈਰਿਟੀ ਦੀ ਵੈਲਿਊ ਹੈ ਆਪਾਂ ਇਹਦੇ 'ਚ ਇਕੁਏਸ਼ਨ 'ਚ ਭਰ ਦਿੰਦੇ ਹਾਂ, ਠੀਕ ਹੈ। ਤਾਂ ਡੈਲਟਾ TF ਕਾਹਦੇ ਬਰਾਬਰ ਆ ਗਿਆ ਬੇਟੇ? KF, ਕੇ ਵੱਡੀ ਪਾ ਲਿਆ ਕਰੋ, ਮੇਰੇ ਤੋਂ ਛੋਟੀ ਪੈ ਜਾਂਦੀ ਹੈ ਪਤਾ ਨਹੀਂ ਕਿਉਂ। KF ਵੈਸੇ ਛੋਟੀ ਵੀ ਪਾ ਲਾਂ ਕਿਉਂਕਿ ਵੱਡੀ ਗੱਲ ਨਹੀਂ ਹੈ। WB ਇੰਟੂ 1000 ਓਵਰ MB ਇੰਟੂ WA, ਠੀਕ ਹੈ ਜੀ। ਆਹ ਫਾਰਮੂਲਾ ਬਣ ਕੇ ਇੱਧਰ ਲਿਜਾ ਕੇ ਆਪਾਂ ਮੋਲਰ ਮਾਸ ਕੱਢ ਸਕਦੇ ਕਿਸੇ ਦਾ ਵੀ। MB ਇਕੁਅਲ ਟੂ ਡੈਲਟਾ ਟੀ ਆਪਣੇ ਕੋਲ KF ਇੰਟੂ WB ਇੰਟੂ 1000 ਓਵਰ ਡੈਲਟਾ TF ਇੰਟੂ WA, ਠੀਕ ਹੈ ਜੀ। ਇਹ ਮੋਲਰ ਮਾਸ ਦਾ ਫਾਰਮੂਲਾ, ਬਸ ਫਾਰਮੂਲਾ ਤੁਸੀਂ ਇੱਕ ਹੀ ਯਾਦ ਰੱਖ ਲੈਣਾ, ਦੂਸਰਾ ਤੁਸੀਂ ਜਿਹੜਾ ਮਰਜ਼ੀ ਡਰਾਈਵ ਕਰ ਸਕਦੇ। ਪਤਾ ਲੱਗ ਗਿਆ ਬੇਟੇ? ਤਾਂ ਇਸ ਤਰ੍ਹਾਂ ਕਰਕੇ ਜਿਹੜਾ ਡਿਪਰੈਸ਼ਨ ਇਨ ਫ੍ਰੀਜ਼ਿੰਗ ਪੁਆਇੰਟ ਆਪਾਂ ਕਹਿ ਸਕਦੇ ਹਾਂ ਵੀ ਇਹ ਆਪਣੇ ਕੋਲ ਆਹ ਰਿਲੇਸ਼ਨ ਦੇ ਨਾਲ ਅਸੀਂ ਕੁਛ ਵੀ ਫਾਈਂਡ ਆਊਟ ਕਰ ਸਕਦੇ ਹਾਂ। ਅਤੇ ਫ੍ਰੀਜ਼ਿੰਗ ਪੁਆਇੰਟ ਜਿਹੜਾ ਕਿਸੇ ਵੀ ਸੋਲਿਊਸ਼ਨ ਦਾ ਉਹਦੇ ਪਿਓਰ ਸੋਲਵੈਂਟ ਦੇ ਉੱਤੋਂ ਹਮੇਸ਼ਾ ਘੱਟ ਹੁੰਦਾ। ਕਿਉਂ? ਕਿਉਂਕਿ ਸੋਲਵੈਂਟ ਦੇ ਵਿੱਚ ਅਸੀਂ ਨੋਨ ਓਡੀਟਡ ਸੋਲਿਊਟ ਪਾ ਕੇ ਜਿਹੜਾ ਆਪਣੇ ਕੋਲ ਸੋਲਿਊਸ਼ਨ ਬਣਾਇਆ ਹੁੰਦਾ। ਔਰ ਇਹਦੇ ਵੀ ਨਮੈਰੀਕਲ ਆ ਜਾਂਦੇ ਨੇ ਬੇਟੇ, ਸੇਮ ਹੀ ਕੋਲੀਗੇਟ ਪ੍ਰੋਪਰਟੀ ਜਿਵੇਂ ਆਪਾਂ ਬੋਇਲਿੰਗ ਪੁਆਇੰਟ ਵਾਲੀ ਕੀਤੀ ਸੀ ਉਸੇ ਤਰ੍ਹਾਂ ਦੇ ਨਮੈਰੀਕਲ ਇਹਦੇ ਨੇ। ਔਰ ਇਹਦੇ 'ਚ 2 ਕੁਐਸਚਨ ਹੋਰ ਵੀ ਆਉਂਦੇ ਨੇ, ਇਹਦੀਆਂ ਐਪਲੀਕੇਸ਼ਨ ਪੁੱਛ ਲੈਂਦੇ ਨੇ। ਜਿਵੇਂ ਬੇਟੇ ਕਈ ਵਾਰੀ ਕੀ ਹੁੰਦਾ, ਕਈ ਰੋਡ ਦੇ ਉੱਤੇ ਸਨੋ ਜਿਹੜੀ ਹੈ ਉਹ ਜੰਮ ਜਾਂਦੀ ਹੈ, ਠੀਕ ਹੈ। ਸਨੋ ਜਿੱਥੇ ਆਪਣੇ ਕੋਲ ਕਲੀਅਰ ਕਰਨੀ ਹੋਵੇ, ਸਨੋ ਜੰਮੀ ਹੋਵੇ, ਬਰਫ਼ ਜੰਮੀ ਹੋਵੇ ਕਈ ਰਸਤਿਆਂ ਦੇ ਉੱਤੇ, ਆਪਣੇ ਤਾਂ ਨਹੀਂ ਮੁਲਕ 'ਚ ਜੰਮਦੀ, ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ, ਤਾਂ ਉਹ ਸਨੋ ਦੇ ਉੱਤੇ ਕੀ ਕਰਦੇ ਨੇ ਬੇਟੇ? ਉਹਦੇ ਉੱਤੇ ਕੋਮਨ ਸਾਲਟ ਆ ਜਿਹੜਾ NaCl ਔਰ ਜਿਹੜਾ ਕੈਲਸ਼ੀਅਮ ਕਲੋਰਾਈਡ, ਇਹਨੂੰ ਜਿਹੜਾ ਖਿਲਾਰ ਦਿੰਦੇ ਨੇ, ਠੀਕ ਹੈ। ਇਹਨਾਂ ਨੂੰ ਉੱਤੇ ਖਿਲਾਰਦੇ ਜਾਂਦੇ ਨੇ, ਔਰ ਕੀ ਆ, ਉਹ ਪਾਣੀ ਪਿਘਲ ਜਾਂਦਾ। ਕਿਉਂ ਬੇਟੇ? ਕਿਉਂਕਿ ਇਹ ਜਿਹੜੇ ਹੈਗੇ ਇਹ ਨੋਨ ਵੋਲੇਟਲ ਸਲਿਊਟ ਹੈ, ਪਾਣੀ ਦੇ ਵਿੱਚ ਜਦੋਂ ਇਹ ਮਿਲਦਾ ਅਤੇ ਸਲਿਊਸ਼ਨ ਜਿਹੜਾ ਬਣਦਾ ਉਹਦਾ ਫ੍ਰੀਜ਼ਿੰਗ ਪੁਆਇੰਟ ਡਿਕਰੀਜ਼ ਹੋ ਜਾਂਦਾ, ਤਾਂ ਫ੍ਰੀਜ਼ਿੰਗ ਪੁਆਇੰਟ ਡਿਕਰੀਜ਼ ਹੋ ਜਾਣ ਕਰਕੇ ਫ੍ਰੀਜ਼ਿੰਗ ਪੁਆਇੰਟ ਘੱਟ ਗਿਆ। ਜਿੱਥੇ ਹੁਣ ਸਨੋ ਜੰਮੀ ਸੀ ਉਸ ਕੇਸ ਦੇ ਵਿੱਚ ਇਹ ਲੀਕੁਅਡ ਸਟੇਟ ਦੇ ਵਿੱਚ ਆ ਜਾਣਗੇ, ਤਾਂ ਇਸ ਤਰ੍ਹਾਂ ਕਰਕੇ ਰੋਡ ਕਲੀਅਰ ਹੋ ਸਕਦਾ, ਠੀਕ ਹੈ ਜੀ। ਫ੍ਰੀਜ਼ਿੰਗ ਪੁਆਇੰਟ ਨੂੰ ਡਿਕਰੀਜ਼ ਕਰ ਦਿੰਦਾ ਇਹ, ਤਾਂ ਕਰਕੇ ਉਹਨੂੰ ਸੋਲਿਡ ਤੋਂ ਲਿਕੁਅਡ ਫੋਮ ਦੇ ਵਿੱਚ ਚੇਂਜ ਕਰ ਦਿੰਦੇ ਨੇ। ਕਿਉਂਕਿ ਜਿੰਨੇ ਕੁ ਟੈਂਪਰੇਚਰ ਉੱਥੇ ਹੁੰਦਾ ਵੈ, ਉਸ ਟੈਂਪਰੇਚਰ ਦੇ ਅਕੋਰਡਿੰਗ ਉਹ ਉਦੋਂ ਘੱਟ ਜੰਮਣ ਦਿਲਾ ਦਿੰਦਾ, ਕਿੱਥੇ ਉਦੋਂ ਵੱਧ ਸੀ ਇਕੱਲਾ ਸੋਲਵੈਂਟ, ਠੀਕ ਹੈ। ਅੱਛਾ, ਇੱਕ ਹੁੰਦਾ ਐਂਟੀ ਫ੍ਰੀਜ਼ਿੰਗ ਸੋਲਿਊਸ਼ਨ। ਇਹ ਵੀ ਕੁਐਸਚਨ ਆ ਜਾਂਦਾ ਵੀ ਐਂਟੀ ਫ੍ਰੀਜ਼ਿੰਗ ਸੋਲਿਊਸ਼ਨ ਕੀ ਹੁੰਦੇ ਨੇ, ਠੀਕ ਹੈ। ਐਂਟੀ ਫ੍ਰੀਜ਼ਿੰਗ ਸੋਲਿਊਸ਼ਨ ਕੀ ਹੈ? ਉਹਦਾ ਹੁੰਦਾ ਬੇਟੇ ਜਿਵੇਂ ਹੁਣ ਆਪਣੇ ਕੋਲ ਕਾਰਾਂ ਦੇ ਰੇਡੀਏਟਰਸ ਹੈ, ਠੀਕ ਹੈ, ਜਾਂ ਕੋਈ ਹੋਰ ਵਹੀਕਲ ਦਾ ਰੇਡੀਏਟਰਸ ਹੈ, ਤਾਂ ਉਹ ਰੇਡੀਏਟਰ ਦੇ ਵਿੱਚ ਆਪਣਾ ਜਦੋਂ ਆਪਾਂ ਵਾਟਰ ਪਾਉਣੇ ਹੈ, ਠੀਕ ਹੈ, ਤਾਂ ਵਾਟਰ ਕਈ ਵਾਰੀ ਕੀ ਹੁੰਦਾ, ਆਪਾਂ ਕਾਰ ਉਹੋ ਜਿਹੇ ਥਾਂ 'ਤੇ ਚਲਾਉਣੀ ਹੋਵੇ, ਮੰਨ ਲਓ ਜਿੱਥੇ ਟੈਂਪਰੇਚਰ ਹੈ ਜਿਹੜਾ 0 ਡਿਗਰੀ ਤੋਂ ਘੱਟ ਹੈ, ਠੀਕ ਹੈ। ਵਾਟਰ ਦਾ ਫ੍ਰੀਜ਼ਿੰਗ ਪੁਆਇੰਟ ਕਿੰਨਾ? 0 ਡਿਗਰੀ ਸੈਲਸੀਅਸ। ਜਦੋਂ ਆਪਾਂ 0 ਡਿਗਰੀ ਘੱਟ ਟੈਂਪਰੇਚਰ ਦੇ ਉੱਤੇ ਕਾਰ ਲੈ ਗਏ, ਤਾਂ ਉਦੋਂ ਉਹਨੇ ਫਰੀਜ਼ ਹੋ ਜਾਣਾ ਰੇਡੀਏਟਰ ਦੇ ਵਿੱਚ, ਠੀਕ ਹੈ, ਪਾਣੀ ਨੇ ਰੇਡੀਏਟਰ ਦੇ ਵਿੱਚ ਫਰੀਜ਼ ਹੋ ਜੂਗਾ। ਇਸ ਕੇਸ ਤੋਂ ਬਚਣ ਵਾਸਤੇ ਵੀ ਉਹਦੇ 'ਚ ਫਰੀਜ਼ ਨਾ ਹੋਵੇ, ਆਪਾਂ ਕੋਈ ਨਾ ਕੋਈ ਉਹਦੇ 'ਚ ਨੋਨ ਵੋਲੇਟਲ ਸਲਿਊਟ ਐਡ ਕਰ ਦਿੰਦੇ ਹਾਂ, ਤਾਂ ਕਿ ਉਹਦਾ ਫਰੀਜ਼ਿੰਗ ਪੁਆਇੰਟ ਜਿਹੜਾ ਡਿਕਰੀਜ਼ ਹੋ ਜੇ। ਆਮ ਕਰਕੇ ਜਿਹੜਾ ਵਾਟਰ ਦੇ ਵਿੱਚ ਬੇਟੇ ਇਥੀਲੀਨ ਗਲਾਈਕੋਲ ਜਿਹੜਾ ਯੂਜ ਕੀਤਾ ਜਾਂਦਾ। ਕੀ ਚੀਜ਼ ਯੂਜ ਕੀਤੀ ਜਾਂਦੀ ਹੈ ਬੇਟੇ? ਇਥੀਲੀਨ ਗਲਾਈਕੋਲ, ਠੀਕ ਹੈ। ਇਹਨੂੰ ਆਪਾਂ ਯੂਜ ਕਰਕੇ ਉਹਦੇ ਵਿੱਚ ਵਾਟਰ ਦੇ ਵਿੱਚ ਆਪਾਂ ਐਂਟੀ ਫਰੀਜ਼ਿੰਗ ਸੋਲਿਊਸ਼ਨ ਬਣਾ ਲੈਂਦੇ ਹਾਂ, ਫਿਰ ਉਹ ਰੇਡੀਏਟਰ 'ਚ ਪਾਇਆ ਜਾਂਦਾ, ਤਾਂ ਉਹ ਬਿਲਕੁਲ ਵੀ ਉਹਦੇ 'ਚ ਫਰੀਜ਼ ਨਹੀਂ ਹੋਣ ਦਿੰਦਾ ਗਾ, ਉਹਨੂੰ ਜਿਹੜਾ ਆਪਣੇ ਕੋਲ ਸੋਲਿਊਸ਼ਨ ਬਣ ਜਾਂਦਾ, ਠੀਕ ਹੈ ਬੇਟੇ। ਤਾਂ ਇਹ ਦੋਵੇਂ ਦੀਆਂ ਐਪਲੀਕੇਸ਼ਨਸ ਹੈ, ਇਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਕਰ ਲੈਂਦੇ। ਡਿਪਰੈਸ਼ਨ ਐਂਡ ਫਰੀਜ਼ਿੰਗ ਪੁਆਇੰਟ ਦੇ ਨਵੈਰੀਕਲ ਵੀ ਪੇਪਰ ਦੇ ਵਿੱਚ ਆਉਣ ਦੇ ਚਾਂਸ ਹੁੰਦੇ ਨੇ, ਬੜੀ ਇੰਪੋਰਟੈਂਟ ਕੋਲੀਗੇਟਿਵ ਪ੍ਰੋਪਰਟੀ ਹੈ, ਔਰ ਇਹਨੂੰ ਡਰਾਈਵ ਕਰਨਾ ਵੀ ਕਹਿ ਸਕਦੇ ਨੇ। ਤਾਂ ਤੁਸੀਂ ਬੇਟੇ ਆਪ ਡਰਾਈਵ ਕਰਕੇ ਵੇਖਣਾ, ਫਿਰ ਇਸ ਦੇ ਨਵੈਰੀਕਲ ਟਰਾਈ ਕਰਨੇ ਨੇ। ਇਸ ਤੋਂ ਮਗਰ ਮੈਂ ਜਿਹੜੀ ਵੀਡੀਓ ਬਣਾਉਣ ਲੱਗਿਆ ਉਹਨੂੰ ਮੈਂ ਉਹਦੇ 'ਚ ਤੁਹਾਨੂੰ ਸਿਖਾਊਂਗਾ ਵੀ ਉਹਦੇ ਨਵੈਰੀਕਲਸ ਕਿਸ ਤਰ੍ਹਾਂ ਕੀਤੇ ਜਾਂਦੇ ਨੇ। ਪਿਛਲੀ ਵੀਡੀਓ 'ਚ ਜਿਸ ਤਰ੍ਹਾਂ ਮੈਂ ਪਾ ਚੁੱਕਿਆ ਮੈਂ ਐਲੀਵੇਸ਼ਨ ਇਨ ਬੋਇਲਿੰਗ ਪੁਆਇੰਟ ਦੇ, ਉਹ ਵੀ ਤੁਸੀਂ ਦੇਖ ਲੈਣੇ ਨੇ, ਔਰ ਫਿਰ ਉਸ ਤੋਂ ਮਗਰੋਂ ਜਿਹੜਾ ਹੈਗਾ ਇਸ ਦੇ ਵੀ ਟਰਾਈ ਕਰਨੇ ਨੇ। ਤਾਂ ਮੈਨੂੰ ਉਮੀਦ ਹੈ ਬੇਟੇ ਤੁਹਾਨੂੰ ਸਾਰਿਆਂ ਨੂੰ ਸਮਝ ਆ ਗਈ ਹੋਊਗੀ, ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਜਿਹੜੇ ਬੱਚਿਆਂ ਨੇ ਹਾਲੇ ਤੱਕ ਵੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਉਹ ਜੇਕਰ ਕੋਈ ਨਵਾਂ ਬੱਚਾ ਤਾਂ ਉਹ ਚੈਨਲ ਨੂੰ ਸਬਸਕ੍ਰਾਈਬ ਕਰੋ। ਮੈਂ ਇਹ ਦਾਅਵਾ ਕਰਦਾ ਬੇਟੇ ਇਹ ਆਪਣਾ ਇੱਕੋ ਇੱਕ ਪੰਜਾਬੀ ਚੈਨਲ ਹੈ ਜਿਹਦੇ ਵਿੱਚ ਕੈਮਿਸਟਰੀ ਹੈ ਜਿਹੜੀ ਉਹ ਦੇਸੀ ਭਾਸ਼ਾ ਦੇ ਵਿੱਚ ਪੰਜਾਬੀ ਭਾਸ਼ਾ ਦੇ ਵਿੱਚ ਪੜ੍ਹਾਈ ਜਾਂਦੀ ਹੈ, ਔਰ ਦੂਸਰੀਆਂ ਗੱਲਾਂ
ਜਿਵੇਂ ਆਪਾਂ ਆਹ ਉੱਤੇ ਕੁਛ ਫੋਟੋ ਜਿਹੀ ਲਾਉਣੀ ਜਾਂ ਉਹ ਭਾਈ ਹਜੇ ਮੈਨੂੰ ਆਉਣ ਨਹੀਂ ਲੱਗਿਆ ਗਾ, ਜਦੋਂ ਆਉਣ ਲੱਗ ਗਿਆ ਤਾਂ ਮੈਂ ਉਹ ਸੋਹਣੀ ਜਿਹੀ ਵੀਡੀਓ ਬਣਾ ਕੇ ਭੇਜਣ ਲੱਗ ਜੂੰਗਾ। ਫਿਲਹਾਲ ਆਪਣੇ ਕੋਲ ਦੇਸੀ ਜੀਆਂ ਵੀਡੀਓ ਚੱਲ ਰਹੀਆਂ, ਤਾਂ ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ।